ਦਲਜੀਤ ਅਜਨੋਹਾ। ਦੋਸਤੋ, 2024 ਦੀਆਂ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਆ, ਜਿੱਥੇ ਵੱਖ ਵੱਖ ਪਾਰਟੀਆਂ ਦੇ ਸਹਿਯੋਗੀ ਆ ਵੱਖ ਵੱਖ ਸਮੇਂ 'ਤੇ ਆਪਣੇ ਉਮੀਦਵਾਰਾਂ ਲਈ ਸਹਿਯੋਗ ਕਰਨ ਲਈ ਦੂਰੋਂ ਦੂਰੋਂ ਪਹੁੰਚਦੇ ਆ ਅਤੇ ਉਹਨਾਂ ਦਾ ਸਹਿਯੋਗ ਚੋਣ ਕੰਪੇਨ ਦਾਨ ਕਰਾਉਂਦੇ ਆ। ਸੋ ਜਦੋਂ ਦਾ ਲੋਕ ਚੋਣ ਬਿਗਲ ਵੱਜਿਆ, ਉਹ ਤੋਂ ਬਾਅਦ ਬਸਪਾ ਦੇ ਬਹੁਤ ਹੀ ਪੁਰਾਣੇ ਅਤੇ ਸੀਨੀਅਰ ਲੀਡਰ ਭਗਵੰਤ ਸਿੰਘ ਚੌਹਾਨ ਜਿਹੜੇ ਆ, ਉਹ ਵੀ ਵਿਦੇਸ਼ ਦੀ ਧਰਤੀ 'ਤੇ ਪਿਛਲੇ ਕਾਫੀ ਸਮੇਂ ਤੋਂ, ਵੈਸੇ ਤਾਂ ਅਕਸਰ ਇਹ ਬਾਹਰ ਹੀ ਰਹਿੰਦੇ ਆ, ਪਰ ਇਹਨਾਂ ਨੇ ਜਦੋਂ ਬਸਪਾ ਦਾ ਚੋਣ ਦੀ ਗੱਲ ਕੀਤੀ, ਇੱਥੇ ਪ੍ਰਤੀਨਿਧ ਇਹਨਾਂ ਦਾ ਪ੍ਰਤਿਆਸ਼ੀ ਖੜਾ ਕੀਤਾ ਅਤੇ ਆਏ, ਪਰ ਕਿਸੇ ਕਾਰਨਾਂ ਕਰਕੇ ਕੋਈ ਪ੍ਰੋਬਲਮ ਹੋ ਗਈ ਅਤੇ ਉਹਦੇ ਵਿੱਚ ਬੇਸ਼ੱਕ ਇਹਨਾਂ ਦਾ ਹਰਸ਼ੋ ਉਲਾਸ ਜਿਹੜਾ ਮੱਠਾ ਨਹੀਂ ਪਿਆ, ਪਰ ਨਾਲ ਦੀ ਨਾਲ ਹਾਈਕਮਾਂਡ ਵੱਲੋਂ ਜਿਹੜਾ ਐਡਵੋਕੇਟ ਰਣਜੀਤ ਕੁਮਾਰ ਉਹਨਾਂ ਨੂੰ ਬਸਪਾ ਵੱਲੋਂ ਟਿਕਟ ਦੇ ਦਿੱਤੀ ਅਤੇ ਇਹ ਉਹਨਾਂ ਦੇ ਚੋਣ ਪ੍ਰਚਾਰ ਲਈ ਵਿਸ਼ੇਸ਼ ਤੌਰ 'ਤੇ ਵਿਦੇਸ਼ ਦੇ ਵਿੱਚੋਂ ਇੱਥੇ ਭਾਰਤ ਦੇ ਵਿੱਚ ਆਏ, ਖਾਸ ਕਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਕਿਉਂਕਿ ਇਹਨਾਂ ਦਾ ਪੈਤ੍ਰਿਕ ਏਰੀਆ ਆ, ਉੱਥੇ ਆਏ ਅਤੇ ਇਹਨਾਂ ਨੇ ਉਮੀਦਵਾਰ ਦੇ ਨਾਲ ਜਿਹੜਾ ਐਡਵੋਕੇਟ ਕਮਿਟਮੈਂਟ ਕੀਤੀ ਵੀ ਉਹ ਚੋਣ ਪ੍ਰਚਾਰ ਦੇ, ਕਿਉਂਕਿ ਬਸਪਾ ਦੇ ਬਾਮ ਸੇਫ ਦੇ DS4 ਤੋਂ ਲੈ ਕੇ ਜਦ ਤੱਕ ਚਲੇ ਆਏ ਅਤੇ ਇਸ ਵੇਲੇ ਸੀਨੀਅਰ ਆਗੂ ਆ। ਸੋ ਇਹਨਾਂ ਦੇ ਵਿਦੇਸ਼ ਤੋਂ ਆਮਦ ਨੂੰ ਲੈ ਕੇ ਨਾਲ ਦੀ ਨਾਲ ਬਸਪਾ ਦੀ ਪੂਰੀ ਜਦੋਂ ਹੋਂਦ ਆ, ਇਸ ਵੇਲੇ ਮੌਜੂਦਾ ਬਸਪਾ ਦਾ ਕਿਆ ਆਧਾਰ ਹੈ, ਆਉਣ ਵਾਲਾ ਸਮਾਂ ਭਵਿੱਖ ਕੀ ਹੈ, ਸਾਰੇ ਸਵਾਲਾਤ ਨੂੰ ਅਸੀਂ ਗੱਲ ਕਰਾਂਗੇ, ਇਹਨਾਂ ਦੇ ਨਾਲ ਗੱਲ ਕਰਾਂਗੇ ਅਸੀਂ ਥਰੋ ਇੰਡੀਆ ਦੀ ਵੀ ਇਸ ਵੇਲੇ ਬਸਪਾ ਦਾ ਕਿੱਥੇ ਆਧਾਰ ਹੈ, ਕਿੱਥੇ ਖੜੀ ਆ, ਆਉਣ ਵਾਲੇ ਸਮੇਂ 'ਚ ਕਿਹੋ ਜਿਹਾ ਇਹਨਾਂ ਦਾ ਭਵਿੱਖ ਆ। ਸੋ ਭਗਵੰਤ ਸਿੰਘ ਚੌਹਾਨ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਸੀਂ ਇੱਥੇ ਆਏ ਹੋ ਐਡਵੋਕੇਟ ਰਣਜੀਤ ਕੁਮਾਰ ਹੋਣਾ ਦੀ ਜਿਹੜੀ ਆ ਇਹਨਾਂ ਦੀ ਤੁਸੀਂ ਹੈਲਪ ਕਰਨ ਲਈ ਆਏ ਹੋ ਵੋਟਾਂ ਦੇ ਵਿੱਚ ਚੋਣ ਕੰਪੇਨ 'ਚ ਕਰਨੇ ਆ, ਅਤੇ ਸਭ ਤੋਂ ਵੱਡੀ ਗੱਲ ਆ ਤੁਹਾਡੇ ਆਉਣ 'ਤੇ ਵੀ ਇਹਨਾਂ ਨੂੰ ਖੁਸ਼ੀ ਆ, ਇਹਨਾਂ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਵੀ ਚੌਹਾਨ ਸਾਹਿਬ ਮੇਰੇ ਨਾਲ ਤੁਰਨਗੇ ਤਾਂ ਮੈਨੂੰ ਬਹੁਤ ਵਧੀਆ ਲੱਗੂਗਾ, ਔਰ ਮੈਨੂੰ ਆਉਣ ਮੇਰੀ ਜਿੱਤ ਦੇ ਵਿੱਚ ਵੀ ਇਹਨਾਂ ਦਾ ਇੱਕ ਵੱਡਾ ਯੋਗਦਾਨ ਹੋਊਗਾ। ਸੋ ਜਿਹੜੀ ਬਸਪਾ ਦੀ ਇਸ ਵੇਲੇ ਇਹਨਾਂ ਜੇ ਪਿਛਲੇ ਸਮੇਂ ਦੌਰਾਨ ਜਿਹੜੀ ਹੋਈ ਆ ਉਹ ਕੀ ਚੀਜ਼ ਸੀ, ਕਿਉਂ ਹੋਈ ਸੀ? ਨਹੀਂ, ਕੁਛ ਨਹੀਂ ਹੋਇਆ, ਸਿਰਫ ਮੁੰਡਾ ਜਿਹੜਾ ਸੀ ਜਿਹੜਾ ਰਕੇਸ਼ ਸੁਮਨ ਲਿਆਂਦਾ ਸੀ, ਤੇ ਜਦੋਂ ਉਹਨੂੰ ਅਸੀਂ ਟਿਕਟ ਦੇਣ ਲੱਗੇ ਤਾਂ ਅਸੀਂ ਜਿਹੜੀ ਰਿਜ਼ਰਵ ਸੀਟ ਹੁੰਦੀ ਆ, ਕਿਉਂਕਿ ਮੈਂ ਕਈ ਸਟੇਟਾਂ 'ਚ ਚੋਣਾਂ ਲੜਾ ਚੁੱਕਾ, ਅਸੀਂ ਉਹਨੂੰ ਸਿਰਫ ਇਹ ਪੁੱਛਿਆ ਕਿ ਆਪਣਾ ਵੋਟ ਸਰਟੀਫਿਕੇਟ ਦਿਖਾਓ ਅਤੇ ਆਪਣਾ SC ਸਰਟੀਫਿਕੇਟ ਦਿਖਾਓ, ਕਿਉਂਕਿ ਜੇ SC ਸਰਟੀਫਿਕੇਟ ਨਹੀਂ ਹੈ ਤਾਂ ਹੁਸ਼ਿਆਰਪੁਰੋਂ ਲੜ ਹੀ ਨਹੀਂ ਸਕਦਾ, ਅਤੇ ਜੇ ਵੋਟ ਹੀ ਹੈ ਨਹੀਂ ਤਾਂ ਫਿਰ ਵੀ ਨਹੀਂ ਲੜ ਸਕਦਾ। ਸੋ ਇਸ ਕਰਕੇ ਉਹਦੇ ਕੋਲ ਦੋਨੇ ਨਹੀਂ ਸੀਗੀਆਂ, ਇਸ ਕਰਕੇ ਅਸੀਂ ਉਹਨੂੰ ਰਿਜੈਕਟ ਕਰ ਦਿੱਤਾ। ਸਰ, ਪਾਰਟੀ ਹਾਈਕਮਾਂਡ ਵੱਲੋਂ ਉਹਨਾਂ ਨੂੰ ਘੋਸ਼ਿਤ ਐਲਾਨ ਕਰ ਦਿੱਤਾ ਗਿਆ ਸੀ ਵੀ ਇਹ ਉਮੀਦਵਾਰ ਆ, ਫਿਰ ਉਹਦੇ ਕੋਲ ਮੌਕਾ ਸੀ, ਉਹਦੇ ਕੋਲ ਮੌਕਾ ਸੀ ਇਹ ਚੀਜ਼ ਪ੍ਰੋਡਿਊਸ ਕਰਨ ਦੀ, ਇਹ ਚੀਜ਼ ਬਣਾਉਣ ਦਾ ਮੌਕਾ ਸੀ ਉਹਦੇ ਕੋਲ, ਉਹਨੂੰ 2 ਮਹੀਨੇ ਦਿੱਤੇ ਜੀ, ਤੇ ਜਦੋਂ ਅਸੀਂ ਟਿਕਟ ਉਹਨੂੰ ਦੇਣੀ ਸੀ ਤੇ ਉਸ ਦਿਨ ਉਹ ਨਹੀਂ ਪ੍ਰੋਡਿਊਸ ਕਰ ਸਕਿਆ, ਉਹ ਨਹੀਂ ਬਣਾ ਸਕਿਆ, ਤੇ ਸਾਡੇ ਕੋਲ ਸਟੈਂਡ ਬਾਈ ਕੈਂਡੀਡੇਟ ਉਹਨਾਂ ਤੋਂ ਵੀ ਵਧੀਆ ਸੀਗਾ। ਇਹ ਆਪਾਂ ਗੱਲ ਕਰੀਏ ਬਸਪਾ ਦੀ, ਕਿਉਂਕਿ ਬਸਪਾ ਦਾ ਆਧਾਰ ਉੱਥੇ, ਕਿਆ ਸਰਾਈਆਂ ਲਾ ਰਹੀਆਂ ਵੀ ਉਹਨੂੰ ਜਿਹੜੇ ਉਹਦੇ ਵਰਕਰ ਸੀਨੀਅਰ ਵਰਕਰ ਸੀਗੇ ਅਨਸੈਸਰੀ ਹਰਾਸ ਕਰਦੇ ਸੀ, ਪੈਸੇ ਮੰਗਦੇ ਸੀ ਰੈਲੀਆਂ ਦੇ ਵਿੱਚ, ਉਹਨੂੰ ਕਹਿੰਦੇ ਸੀ ਵੀ ਤੁਸੀਂ ਰਿਕੁਐਸਟ ਕਰੋ, ਇਹੋ ਜਿਹੀ ਕੋਈ ਗੱਲ ਸੀ? ਕੋਈ ਰੈਲੀ ਨਹੀਂ ਹੋਈ, ਝੂਠ ਬੋਲਦਾ, ਉਹ ਤਾਂ ਕੈਂਡੀਡੇਟਾਂ ਨਹੀਂ ਕਰਨੀ ਨਾ, ਉਹ ਤਾਂ ਕੈਂਡੀਡੇਟ ਕਰਦੇ ਆ, ਵਰਕਰ ਕਰਦੇ ਆ, ਅਜੇ ਤਾਂ ਕੋਈ ਰੈਲੀ ਸ਼ਡਿਊਲਡ ਹੀ ਹੈ ਨਹੀਂ ਅਜੇ, ਉਹ ਝੂਠ ਬੋਲਦਾ ਸੀ ਕਿਉਂਕਿ ਉਹਦਾ ਆਲਰੇਡੀ ਉਹਦਾ ਕੋਈ ਮਸਲਾ ਸੀਗਾ, ਉਹਦਾ ਕੋਈ ਜ਼ਮੀਨ ਜਾਇਦਾਦ ਦਾ ਕੰਮ ਕਰਦਾ ਆ, ਜ਼ਮੀਨਾਂ ਦਾ ਕੰਮ ਕਰਦਾ ਮੋਹਾਲੀ ਦੇ ਵਿੱਚ, ਤੇ ਉਹ ਪੁੱਠੇ ਸਿੱਧੇ ਕੰਮ ਉਹਨੇ ਕੀਤੇ ਉਹ ਕਈ, ਤੇ ਉਹਦੇ ਇੰਤਕਾਲ ਇੰਤਕੂਲ ਦਾ ਕਬਜ਼ੇ ਕੁਬਜ਼ੇ ਦੇ ਸੀਗੇ, ਤੇ ਉਹ ਉਹਨੇ ਭਗਵੰਤ ਮਾਨ ਨੂੰ ਉਹਨੇ ਕਿਹਾ ਕਿ ਮੇਰਾ ਤੂੰ ਆਹ ਕਰਾ ਦੇ ਕੰਮ, ਉਹ ਕਹਿੰਦਾ ਤੂੰ ਆਪਣੀ ਕੈਂਡੀਡੇਟਰੀ ਸ਼ਬਦੇ ਬਸ ਇੰਨੀ ਗੱਲ। ਸਰ, ਇਸ ਵੇਲੇ ਬਸਪਾ ਵੱਲੋਂ ਟਿਕਟ ਦਿੱਤੀ ਗਈ ਹੈ, ਇਹਨੂੰ ਆਪਾਂ ਆਪਣੇ ਮੁੱਦੇ 'ਤੇ ਆਈਏ, ਆਪਣੀ ਗੱਲ ਕਰੀਏ, ਰਣਜੀਤ ਕੁਮਾਰ ਹੁਣਾਂ ਨੂੰ ਟਿਕਟ ਦਿੱਤੀ ਆ ਅਤੇ ਇਹਨਾਂ ਦੀ ਚੋਣ ਕੰਪੇਨ ਲੈ ਕੇ ਤੁਸੀਂ ਇਹਨਾਂ ਦੇ ਸਹਿਯੋਗੀ ਹੋ, ਤੁਹਾਨੂੰ ਵੱਡੇ ਭਾਈ ਮੰਨਦੇ ਆ, ਅਤੇ ਤੁਸੀਂ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਹਨਾਂ ਦੇ ਨਾਲ? ਇਹਨਾਂ ਨੂੰ ਅਸੀਂ ਟਿਕਟ ਨਹੀਂ ਦਿੱਤੀ, ਇਹ ਤਾਂ ਟਿਕਟਾਂ ਦੇਣ ਵਾਲੇ ਆ ਜੀ, ਇਹ ਇੰਨੇ ਸੀਨੀਅਰ ਲੀਡਰ ਹੈ ਸਾਡੇ, ਇਹ ਤਾਂ ਖੁਦ ਟਿਕਟਾਂ ਵੰਡਦੇ ਰਹੇ ਆ ਜੀ। ਸੋ ਇਸ ਕਰਕੇ ਅਸੀਂ ਇੱਕ ਇੱਦਾਂ ਦਾ, ਪਹਿਲਾਂ ਤਾਂ ਇਹ ਮੰਨਦੇ ਨਹੀਂ ਸੀਗੇ ਜੀ, ਪਹਿਲਾਂ ਮੰਨਦੇ ਨਹੀਂ ਸੀਗੇ, ਅਤੇ ਜਦੋਂ ਅਸੀਂ ਇਹਨਾਂ ਨੂੰ ਇੱਕ ਵਾਰੀ ਫਿਰ ਬੇਨਤੀ ਕੀਤੀ ਵੀ ਮਾਹੌਲ ਵਧੀਆ ਬਣਿਆ ਆ, ਵੀ 5 ਕੋਣਾ ਮੁਕਾਬਲਾ ਆ, ਵੀ ਇਹਦੇ ਵਿੱਚ ਅਸੀਂ 2-2.5 ਲੱਖ ਦੇ ਨਾਲ ਹੀ ਸੀਟ ਕੱਢ ਸਕਦੇ ਹਾਂ, ਅਤੇ ਇਹਨਾਂ ਨੂੰ ਤਾਂ ਇਹਨਾਂ ਦਾ ਤਾਂ ਇੰਨਾ ਆਪਣਾ ਆਧਾਰ ਇੰਨਾ ਆ,
ਇਹ ਖੁਦ ਦੋ ਵਾਰ ਬਾਰ ਕੌਂਸਲ ਜਿਹੜੀ ਹੁਸ਼ਿਆਰਪੁਰ ਦੀ ਆ, ਬਾਰ ਐਸੋਸੀਏਸ਼ਨ, ਉਹਦੇ ਦੋ ਵਾਰ ਪ੍ਰਧਾਨ ਹੈ, ਹੁਣ ਪ੍ਰੈਜੈਂਟਲੀ ਵੀ ਪ੍ਰਧਾਨ ਹੈ। ਸੋ ਇਸ ਕਰਕੇ ਸਾਡੇ ਕੋਲ ਇਹ ਬੈਸਟ ਬੈਟ ਸੀ, ਉਹ ਤਾਂ ਅਸੀਂ ਸਿਰਫ ਇਸ ਕਰਕੇ ਲਿਆਂਦਾ ਸੀਗਾ ਬਈ ਕਿਉਂਕਿ ਇਹ ਮਨਾ ਕਰਦੇ ਸੀ ਪਹਿਲਾਂ, ਅਤੇ ਇਹਨਾਂ ਨੇ ਫਿਰ ਹਾਂ ਕਰ ਦਿੱਤੀ ਤਾਂ ਗੱਲ ਬਣ ਗਈ ਸਾਡੀ, ਅਸੀਂ ਬਾਗੋ ਬਾਗ ਹੋਏ ਹਾਂ। ਚੌਹਾਨ ਸਾਹਿਬ ਪਿਛਲੇ ਦਿਨ ਇਹ ਵੀ ਇਹ ਗੱਲ ਕਹਿੰਦੀ ਸੀ ਜਦੋਂ ਇਹਨਾਂ ਨੇ ਟਿਕਟ ਅਨਾਊਂਸਮੈਂਟ ਕੀਤੀ ਗਈ ਹੈ, ਅਤੇ ਇਹਨਾਂ ਦਾ ਤਾਂ ਜਸਵੀਰ ਸਿੰਘ ਗੜੀ ਹੋਣਾ ਦਾ ਕਿਤੇ ਨਾ ਕਿਤੇ ਤਕਰਾਰ ਵੀ ਰਿਹਾ। ਮੇਰਾ ਨਹੀਂ ਖਿਆਲ ਕੋਈ ਤਕਰਾਰ, ਦੇਖੋ ਅੰਦਰ ਖਾਤੇ ਘਰ ਦੇ ਵਿੱਚ ਹੈ, ਦੋ ਇੱਕ ਦੂਜੇ ਨੂੰ ਕੋਈ ਨਾ ਕੋਈ ਸਲਾਹ ਦੇਣੀ ਕੋਈ ਬੁਰੀ ਗੱਲ ਤਾਂ ਹੁੰਦੀ ਨਹੀਂ, ਮੈਂ ਵੀ ਸਲਾਹ ਦਿੰਦਾ ਰਹਿੰਦਾ ਉਹਨੂੰ, ਇਹ ਵੀ ਦਿੰਦੇ ਰਹੇ ਸਲਾਹ ਮੈਂ ਵੀ, ਕਿਉਂਕਿ ਅਸੀਂ ਸੀਨੀਅਰ ਹੈ, ਉਮਰ ਚ ਵੀ ਵੱਡੇ ਹਾਂ ਤੇ ਪਾਰਟੀ ਚ ਵੀ ਅਸੀਂ ਕਾਫੀ ਸੀਨੀਅਰ, ਅਸੀਂ ਕਾਂਸ਼ੀ ਰਾਮ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਆ, ਸਾਡਾ ਹੱਕ ਬਣਦਾ ਸਲਾਹ ਦੇਣ ਦਾ। ਚਲੋ ਸਲਾਹ ਚਾਹੇ ਸਲਾਹ ਹੋਵੇ ਮੰਨਣ ਵਾਲੀ ਹੋਵੇ, ਤੇ ਕਈ ਵਾਰ ਕਿਤੇ ਨਾ ਕਿਤੇ ਮਨਮੁਟਾ ਹੋ ਜਾਵੇ, ਅਸੀਂ ਨਹੀਂ ਮੰਨਣੀ। ਆਪਾਂ ਬਸਪਾ ਦੀ ਗੱਲ ਕਰੀਏ ਵੀ ਬਸਪਾ ਦਾ ਇਸ ਵੇਲੇ ਆਉਣ ਵਾਲੇ ਸਮੇਂ 'ਚ ਪੂਰੇ ਭਾਰਤ ਦੇ ਵਿੱਚ ਕੀ ਹੈ, ਕਿਉਂਕਿ ਵਿਦੇਸ਼ ਦੀ ਧਰਤੀ ਤੁਸੀਂ ਬਹੁਤ ਸਮਾਂ ਉੱਥੇ ਰਹੇ, ਲਿਖਦੇ ਬਹੁਤ ਤੁਸੀਂ ਹੋ, ਲਿਖਾਵਟ ਦੇ ਮਾਹਿਰ ਹੋ, ਤੁਹਾਡੀ ਹਰ ਗੱਲ ਦੇ ਵਿੱਚ ਤੱਤ ਹੁੰਦਾ, ਇੱਕ ਵਜਨ ਹੁੰਦਾ, ਅਤੇ ਇਸ ਵੇਲੇ ਜਿਹੜਾ ਬਸਪਾ ਦਾ ਕੀ ਜਿਹੜਾ, ਅਸੀਂ ਪੂਰੇ ਦੇਸ਼ ਦੀਆਂ 543 ਲੋਕ ਸਭਾ ਦੀਆਂ ਸੀਟਾਂ ਆ ਜੀ, ਅਸੀਂ 543 ਦੀਆਂ 543 ਲੜ ਰਹੇ ਹਾਂ ਜੀ, ਅਤੇ ਅਸੀਂ ਇੱਕ ਬਹੁਤ ਵੱਡੀ ਨੈਸ਼ਨਲ ਪਾਰਟੀ ਹਾਂ, ਦੇਸ਼ ਦੀ ਵੋਟਾਂ ਦੀ ਗਿਣਤੀ ਦੇ ਹਿਸਾਬ ਨਾਲ ਜਿਹੜੀਆਂ ਵੋਟਾਂ ਸਾਨੂੰ ਪੋਲ ਹੁੰਦੀਆਂ ਉਹਦੇ ਹਿਸਾਬ ਨਾਲ ਅਸੀਂ ਦੇਸ਼ ਦੀ ਤੀਜੀ ਵੱਡੀ ਰਾਸ਼ਟਰੀ ਪਾਰਟੀ ਹਾਂ, ਅਤੇ ਜਦ ਤੀਜੀ ਵੱਡੀ ਰਾਸ਼ਟਰੀ ਪਾਰਟੀ ਆ ਅਤੇ ਲੋਕਾਂ ਨੇ ਦੋ ਰਾਸ਼ਟਰੀ ਪਾਰਟੀਆਂ ਨੂੰ ਔਰ ਵੱਡੀਆਂ ਨੂੰ ਦੇਖ ਲਿਆ, ਇੱਕ ਨੂੰ 60 ਸਾਲ ਦੇਖਿਆ, ਦੂਜੀ ਨੂੰ ਲਗਾਤਾਰ 10 ਸਾਲ ਦੇਖ ਲਿਆ, ਅਤੇ ਮਹਿੰਗਾਈ ਦੋਨਾਂ ਤੋਂ ਕੰਟਰੋਲ ਨਹੀਂ ਹੋਈ, ਰੁਪਈਆ ਦੋਨਾਂ ਤੋਂ ਕੰਟਰੋਲ ਨਹੀਂ ਹੋਇਆ। ਇਹ ਜਿਹੜਾ ਮੋਦੀ ਹੈ, ਜਿਹੜਾ ਹੁਣ ਪ੍ਰਧਾਨ ਮੰਤਰੀ ਹੈ, ਇਹ ਕਹਿੰਦਾ ਹੁੰਦਾ ਸੀ ਕਿ ਮੈਂ ਡਾਲਰ ਨੂੰ ਰੁਪਈਏ ਦੇ ਬਰਾਬਰ ਲੈ ਆਉਣਾ ਜੀ, ਅਤੇ ਲੇਕਿਨ ਰੁਪਈਆ ਜਿਹੜਾ ਆ ਉਹ ਡਾਲਰ ਦੇ ਮੁਕਾਬਲੇ ਹੋਰ ਡਿੱਗ ਗਿਆ ਥੱਲੇ, ਹੋਰ ਡਿੱਗ ਗਿਆ। ਅਤੇ ਜੇ ਅਸੀਂ ਸੋਨੇ ਵੱਲੋਂ ਜਾਈਏ, ਇੰਨੀ ਮਹਿੰਗਾਈ ਹੋਈ, ਸੋਨਾ ਪਿਛਲੇ 10 ਸਾਲ ਜਿਹੜੇ ਕਾਂਗਰਸ ਦੇ ਸੀਗੇ ਉਹਦੇ ਵਿੱਚ ਵੀ ਲਗਾਤਾਰ ਸ਼ੂਟ ਕਰਦਾ ਰਿਹਾ ਉੱਪਰ ਨੂੰ, ਔਰ ਜਦ ਦੀ ਇਹਦੀ ਸਰਕਾਰ ਆਈ ਹੈ ਇਹ ਤਾਂ 75,000 ਨੂੰ ਹੋ ਗਿਆ ਤੋਲਾ, ਹੁਣ ਤੇ ਹੈ ਗਰੀਬ ਦੇ ਬਸ ਚ, ਹੁਣ ਤਾਂ ਪਿੱਤਲ ਜਿਹੜਾ ਲੜਕੀਆਂ ਨੂੰ ਵੀ ਸ਼ਗਨ ਦਿੰਦੇ ਹੁੰਦੇ ਸੀ ਕਿ ਮੁਰਕੀ ਜਾਂ ਬਾਲੀ ਜਾਂ ਨੱਕ, ਹੁਣ ਵਿਚਾਰੇ ਗਰੀਬ ਪਿੱਤਲ ਦਾ ਹੀ ਦੇਣਗੇ, ਫਿਰ 75,000 ਤਾਂ ਸ਼ਾਦੀ ਹੋ ਜਾਂਦੀ ਹੈ, ਤੇ 75,000 ਨੂੰ 10 ਗ੍ਰਾਮ ਹੋ ਗਿਆ। ਚੌਹਾਨ ਸਾਹਿਬ, ਇਹ ਜਿਹੜੀਆਂ ਗੱਲਾਂ ਮਹਿੰਗਾਈ ਨੂੰ ਲੈ ਕੇ, ਦੂਸਰੀਆਂ ਆਪਾਂ ਗੱਲ ਕੀਤੀ ਹੈ, ਪਿਛਲੇ ਸਮੇਂ ਦੌਰਾਨ ਜਿਹੜਾ ਬਸਪਾ ਬਹੁਤ ਕਾਂਸੀ ਰਾਮ ਜੀ ਤੋਂ ਬਾਅਦ ਇੱਥੇ ਬੜੀ ਵਾਰ ਮੌਕਾ ਮਿਲਿਆ ਖੜਨ ਦਾ ਵੀ ਮਿਲਿਆ ਸਰ, ਪਰ ਹਾਲੇ ਤੱਕ ਕੋਈ ਜਿੱਤੇ, ਇਸ ਵੇਲੇ ਐਡਵੋਕੇਟ ਰਣਜੀਤ ਕੁਮਾਰ ਜੀ ਹੋਰਾਂ ਦਾ ਜਿਹੜਾ ਨੰਬਰ ਹੈ ਇੱਥੇ ਜਿੱਤਣ ਦਾ ਪੂਰੇ ਦੇ ਪੂਰੇ ਅਸਾਰ ਨਜ਼ਰ ਆ, ਕੀ ਕਾਰਨ ਰਿਹਾ ਹੋਊਗਾ ਜਿਹੜਾ ਪਿਛਲੇ ਸਮੇਂ ਦੌਰਾਨ ਜਿਹੜਾ ਬਸਪਾ ਦੇ ਵਰਕਰਾਂ ਨੂੰ? ਅਤੇ ਜੇ ਅਸੀਂ ਸੋਨੇ ਵੱਲੋਂ ਜਾਈਏ, ਇੰਨੀ ਮਹਿੰਗਾਈ ਹੋਈ, ਸੋਨਾ ਪਿਛਲੇ 10 ਸਾਲ ਜਿਹੜੇ ਕਾਂਗਰਸ ਦੇ ਸੀਗੇ ਉਹਦੇ ਵਿੱਚ ਵੀ ਲਗਾਤਾਰ ਸ਼ੂਟ ਕਰਦਾ ਰਿਹਾ ਉੱਪਰ ਨੂੰ, ਔਰ ਜਦ ਦੀ ਇਹਦੀ ਸਰਕਾਰ ਆਈ ਹੈ ਇਹ ਤਾਂ 75,000 ਨੂੰ ਹੋ ਗਿਆ ਤੋਲਾ, ਹੁਣ ਤੇ ਹੈ ਗਰੀਬ ਦੇ ਬਸ ਚ, ਹੁਣ ਤਾਂ ਪਿੱਤਲ ਜਿਹੜਾ ਲੜਕੀਆਂ ਨੂੰ ਵੀ ਸ਼ਗਨ ਦਿੰਦੇ ਹੁੰਦੇ ਸੀ ਕਿ ਮੁਰਕੀ ਜਾਂ ਬਾਲੀ ਜਾਂ ਨੱਕ, ਹੁਣ ਵਿਚਾਰੇ ਗਰੀਬ ਪਿੱਤਲ ਦਾ ਹੀ ਦੇਣਗੇ, ਫਿਰ 75,000 ਤਾਂ ਸ਼ਾਦੀ ਹੋ ਜਾਂਦੀ ਹੈ, ਤੇ 75,000 ਨੂੰ 10 ਗ੍ਰਾਮ ਹੋ ਗਿਆ। ਚੌਹਾਨ ਸਾਹਿਬ, ਇਹ ਜਿਹੜੀਆਂ ਗੱਲਾਂ ਮਹਿੰਗਾਈ ਨੂੰ ਲੈ ਕੇ, ਦੂਸਰੀਆਂ ਆਪਾਂ ਗੱਲ ਕੀਤੀ ਹੈ, ਪਿਛਲੇ ਸਮੇਂ ਦੌਰਾਨ ਜਿਹੜਾ ਬਸਪਾ ਬਹੁਤ ਕਾਂਸੀ ਰਾਮ ਜੀ ਤੋਂ ਬਾਅਦ ਇੱਥੇ ਬੜੀ ਵਾਰ ਮੌਕਾ ਮਿਲਿਆ ਖੜਨ ਦਾ ਵੀ ਮਿਲਿਆ ਸਰ, ਪਰ ਹਾਲੇ ਤੱਕ ਕੋਈ ਜਿੱਤੇ, ਇਸ ਵੇਲੇ ਐਡਵੋਕੇਟ ਰਣਜੀਤ ਕੁਮਾਰ ਜੀ ਹੋਰਾਂ ਦਾ ਜਿਹੜਾ ਨੰਬਰ ਹੈ ਇੱਥੇ ਜਿੱਤਣ ਦਾ ਪੂਰੇ ਦੇ ਪੂਰੇ ਅਸਾਰ ਨਜ਼ਰ ਆ, ਕੀ ਕਾਰਨ ਰਿਹਾ ਹੋਊਗਾ ਜਿਹੜਾ ਪਿਛਲੇ ਸਮੇਂ ਦੌਰਾਨ ਜਿਹੜੇ ਬਸਪਾ ਦੇ ਵਰਕਰਾਂ ਨੂੰ ਕਿਉਂ ਮਤਲਬ ਇਹੋ ਜਿਹਾ ਲੱਗ ਰਿਹਾ? ਬਹੁਜਨ ਸਮਾਜ ਪਾਰਟੀ ਇਹ ਪਾਰਟੀ ਨੇ ਇੱਕ ਅੰਦੋਲਨ ਹੈ ਜੀ, ਇੱਕ ਐਜੀਟੇਸ਼ਨ ਹੈ, ਜਿੱਦਾਂ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਨਾ, ਔਰਗਨਾਈਜ਼
ਐਜੂਕੇਟ ਔਰਗਨਾਈਜ਼ ਐਂਡ ਐਜੀਟੇਟ, ਇੱਕ ਐਜੀਟੇਸ਼ਨ ਹੈ, ਇਹ ਇੱਕ ਅੰਦੋਲਨ ਹੈ। ਅੰਦੋਲਨ ਜਿਹੜੇ ਆ ਉਤਾਰ ਚੜਾਅ ਹੁੰਦਾ ਰਹਿੰਦਾ ਅੰਦੋਲਨਾਂ ਦੇ ਵਿੱਚ, ਤਾਂ ਕਈ ਪੈਚਿਸ ਮਾੜੇ ਵੀ ਆਉਂਦੇ ਅੰਦੋਲਨ ਦੇ ਵਿੱਚ, ਕਈ ਪੈਚਿਸ ਖਰੇ ਆ ਜਾਂਦੇ। ਹੁਣ ਸਾਡੇ ਕੋਲ ਖਰਾ ਪੈਚਿਸ 96 ਤੋਂ ਬਾਅਦ ਵਧੀਆ ਪੈਚਿਸ ਆ। ਹੋਰ ਸਰ ਕੋਈ ਗੱਲ ਜਿਹੜੀ ਪਾਰਟੀ ਬਾਰੇ ਸੀ, ਗੱਲ ਬਹੁਤ ਗੱਲਾਂ ਸੀ। ਮੈਂ ਅਪੀਲ ਕਰਦਾ ਤੁਹਾਡੇ ਲਿਵਿੰਗ ਇੰਡੀਆ ਦੇ ਜਿੰਨੇ ਦਰਸ਼ਕ ਆ, ਜਿੰਨੇ ਸਰੋਤੇ ਆ, ਮੈਂ ਹੱਥ ਜੋੜ ਕੇ ਅਪੀਲ ਕਰਦਾ ਕਿ ਇਸ ਵਾਰ ਮੌਕਾ, ਤੁਸੀਂ 77 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਨੂੰ, ਇਸ ਵਾਰ ਮੌਕਾ ਸਾਡੇ ਪੜ੍ਹੇ ਲਿਖੇ ਐਡਵੋਕੇਟ ਨੇ, ਬਾਰ ਐਸੋਸੀਏਸ਼ਨ ਦੇ ਦੂਜੀ ਵਾਰ ਦੇ ਪ੍ਰਧਾਨ ਨੇ, ਅਤੇ ਜਦ ਇੰਨੇ ਕਾਬਿਲ ਵਕੀਲ ਜਾਂ ਕਾਬਿਲ ਵਕੀਲ 800 ਕਾਬਿਲ ਵਕੀਲ ਇੱਥੇ ਬੈਠਾ ਹੁਸ਼ਿਆਰਪੁਰ ਦੀ ਬਾਰ ਐਸੋਸੀਏਸ਼ਨ ਦੇ ਵਿੱਚ, ਜਦ ਉਹਨਾਂ ਨੇ ਇਹਨਾਂ ਨੂੰ ਆਪਣਾ ਪ੍ਰਧਾਨ ਚੁਣ ਲਿਆ, ਅਤੇ ਸਾਨੂੰ ਹੁਸ਼ਿਆਰਪੁਰ ਦੇ ਵੋਟਰਾਂ ਨੂੰ ਕਿਉਂ ਨਹੀਂ ਇਹਨਾਂ ਨੂੰ ਲੋਕ ਸਭਾ ਲਈ ਚੁਣਨਾ ਚਾਹੀਦਾ? ਬਿਲਕੁਲ ਜੀ। ਸੋ ਦੋਸਤੋ, ਇਹ ਸਨ ਬਸਪਾ ਦੇ ਸੀਨੀਅਰ ਲੀਡਰ ਭਗਵੰਤ ਸਿੰਘ ਚੌਹਾਨ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਿੱਥੇ ਮੌਜੂਦਾ ਹਾਲਾਤਾਂ ਦੀ ਚਿੰਤਾ ਵੀ ਕੀਤੀ, ਚਿੰਤਨ ਵੀ ਕੀਤਾ ਅਤੇ ਸਮਾਧਾਨ ਵੀ ਦੱਸਿਆ, ਅਤੇ ਨਾਲ ਦੀ ਨਾਲ ਜਿਹੜਾ ਮੌਜੂਦਾ ਹਾਲਾਤਾਂ ਦੀ ਜਿਹੜੀ ਬਿਲਕੁਲ ਉਹਨਾਂ 'ਤੇ ਕਿੰਤੂ ਵੀ ਕੀਤਾ ਅਤੇ ਤੰਜ ਵੀ ਕੱਸੇ। ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਕੀਤੀ ਗੱਲਬਾਤ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ, ਆਵਾਮ ਤੱਕ ਅਚਾਨਕ ਪਹੁੰਚਾਈਏ, ਤਾਂ ਕਿ ਜਿਹੜਾ ਬਸਪਾ ਦਾ ਜਿਹੜਾ ਐਕਚੁਅਲ ਆਧਾਰ ਆ ਉਹ ਲੋਕਾਂ ਤੱਕ ਪਹੁੰਚ ਸਕੇ।